Yeah.
ਹਮੇਸ਼ਾ ਰਹਿਣ ਵਾਲਾ ਜਿਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਹੈ, ਜੋ ਆਪ ਤੋਂ ਲੈ ਕੇ ਨਾਨਕ ਹੋਸੀ ਦੇ ਸੱਚ ਹਮੇਸ਼ਾ ਜੋ ਰਹੇਗਾ। ਔਰ ਜਿਹਦੀ ਰਚੀ ਹੋਈ ਇਹ ਰਚਨਾ ਜਿਹਦੇ ਵਿੱਚ ਆਪਾਂ ਸਾਰੇ ਜੀਵ ਕੱਠ ਪੁਤਲੀਆਂ ਦੀ ਤਰ੍ਹਾਂ ਨੱਚ ਰਹੇ ਹਾਂ, ਖੇਡ ਰਹੇ ਹਾਂ, ਖੇਲ ਰਹੇ ਹਾਂ, ਪਰ ਇਹਦੀ ਸਾਰਿਆਂ ਦੀ ਡੋਰ ਜਿਹੜੀ ਹੈ ਨਾ ਉਹ ਵਾਹਿਗੁਰੂ ਪਰਮੇਸ਼ਵਰ ਜਿਹਨੇ ਰਚਨਾ ਰਚੀ ਹੈ ਉਹਦੇ ਹੱਥ ਵਿੱਚ ਹੈ। ਉਹਨੂੰ ਦੇਖਣ ਦੇ ਵਾਸਤੇ, ਉਹਨੂੰ ਸਮਝਣ ਦੇ ਵਾਸਤੇ ਸਤਿਗੁਰੂ ਕਹਿੰਦੇ ਨੇ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਇਹ ਵਿਚਾਰ ਕਰਨੀ ਹੈ ਕਿ ਇਹ ਬ੍ਰਹਮ ਜਿਹਦਾ ਵਾਹਿਗੁਰੂ ਪਰਮੇਸ਼ਵਰ ਜਿਹਨੇ ਸਾਰੇ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਉਹ ਕੌਣ ਹੈ, ਕਿੱਥੇ ਰਹਿੰਦਾ ਹੈ। ਜੇ ਆਪਾਂ ਉਹਨੂੰ ਨੇੜੇ ਕਰਕੇ ਜਾਣਦੇ ਹਾਂ ਤਾਂ ਸਾਡੇ ਨੇੜੇ ਹੈ, ਜੇ ਆਪਾਂ ਸਮਝਦੇ ਹਾਂ ਨਾ ਵੀ ਉਹ ਸਾਡੇ ਕੋਲ ਹੈ, ਸਾਡੇ ਨਾਲ ਹੈ, ਸਾਡੇ ਦੇਖ ਰਿਹਾ ਹੈ, ਫਿਰ ਉਹ ਬਹੁਤ ਨੇੜੇ ਹੈ। ਅਤੇ ਜੇ ਸਾਡੇ ਮਨ ਦੇ ਵਿੱਚ ਇਹ ਵਿਚਾਰ ਬਣ ਜਾਵੇ ਤਾਂ ਕਿ ਸਾਨੂੰ ਕਿਹੜਾ ਵੀ ਦੇਖ ਰਿਹਾ ਹੈ ਅਤੇ ਫਿਰ ਉਹ ਬੜੀ ਦੂਰ ਹੈ, ਇਹਦੀ ਪਹੁੰਚ ਤੋਂ ਬੜੀ ਦੂਰ ਹੈ। ਅਤੇ ਮਨੁੱਖ ਜਿਹੜਾ ਹੈ ਉਹ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਚਲਾ ਜਾਂਦਾ ਹੈ ਅਤੇ ਉਹ ਕਰਮ ਇਸ ਦੇ ਕੋਲੋਂ ਹੁੰਦੇ ਨੇ ਜਿਹਦੇ ਬਾਰੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦੇ ਭੁੱਲਿਆ ਵਿਆਕਣ ਸਭੇ ਰੋਗ। ਜਦੋਂ ਦੂਰ ਚਲਾ ਜਾਂਦਾ ਹੈ ਰੋਗ ਭਾਵ ਦੁੱਖ, ਜਿਹੜੇ ਦੁੱਖਾਂ ਦਾ ਖਿਆਲ ਵੀ ਨਹੀਂ ਹੁੰਦਾ ਉਹ ਵੀ ਦੁੱਖ ਆ ਜਾਂਦੇ ਨੇ। ਇਹ ਵਿਚਾਰ ਜਿਹੜੀ ਕਰਨੀ ਹੈ ਸਮਝਣਾ ਜੋ ਹੈ ਇਹ ਸਤਿਗੁਰੂ ਕਹਿੰਦੇ ਨੇ ਕੌਣ ਮੂਆ ਰੇ ਕੌਣ ਮੂਆ, ਕਿਹਦੀ ਮੌਤ ਹੋਈ ਹੈ, ਮਰਿਆ ਕੌਣ ਹੈ, ਕਿ ਉਹ ਮਨੁੱਖ ਜਿਹਨੂੰ ਆਪਾਂ ਵੇਖ ਰਹੇ ਹਾਂ ਜਿਹਦੇ ਨਾਲ ਸਾਡਾ ਸੰਬੰਧ ਹੈ ਕਿ ਉਹਦੀ ਮੌਤ ਹੋਈ ਹੈ। ਕਹਿੰਦੇ ਅਸਲ ਦੇ ਵਿੱਚ ਤੇ ਮੌਤ ਜਿਹੜੀ ਹੈ ਨਾ ਉਹਨਾਂ ਵਿਕਾਰਾਂ ਦੀ ਹੋਈ ਹੈ, ਕਾਮ ਕ੍ਰੋਧ ਲੋਭ ਹੰਕਾਰ, ਉਹਨਾਂ ਦੀ ਮੌਤ ਹੋਈ ਹੈ ਜਿਹਨਾਂ ਦੇ ਪਿੱਛੇ ਲੱਗ ਕਰਕੇ ਇਹ ਮਨੁੱਖ ਸੰਸਾਰ ਦੇ ਵਿੱਚ ਕਰਮ ਕਰਦਾ, ਜਿਨ੍ਹਾਂ ਦੇ ਅਧੀਨ ਹੋ ਕਰਕੇ, ਜਿਨ੍ਹਾਂ ਦੇ ਵੱਸ ਹੋ ਕਰਕੇ ਇਹ ਮਨੁੱਖ ਸੰਸਾਰ ਵਿੱਚ ਕਰਮ ਕਰਦਾ, ਅਸਲ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ, ਉਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਕਹਿ ਲਈਏ ਇਹ ਅਚਰਜ ਗੌਤਕ ਹੈ ਪਰ ਸਮਝ ਉਹਨਾਂ ਨੂੰ ਆਉਂਦਾ ਹੈ ਜੋ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੁੰਦਾ ਹੈ, ਜੋ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਸਿਮਰਨ ਕਰਦਾ ਹੈ। ਇਹ ਅਚਰਜ ਗੌਤਕ ਉਸ ਮਾਲਕ ਦਾ ਕਿ ਇਹ ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ, ਉਹ ਪੰਜ ਤੱਤ ਵੀ ਨਾਲ ਨਹੀਂ ਜਾਂਦੇ, ਧਰਤੀ ਆਕਾਸ਼ ਅਗਨੀ ਪਾਣੀ ਹਵਾ ਇਹ ਪੰਜ ਤੱਤ ਨੇ, ਇਹ ਵੀ ਆਪਣੇ ਆਪਣੇ ਰੂਪ ਦੇ ਵਿੱਚ ਚਲੇ ਜਾਂਦੇ ਨੇ ਤੇ ਇਹ ਸਰੀਰ ਜਿਹੜਾ ਫਿਰ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਮਾਟੀ ਤੋਂ ਪੁੱਤਰਾ ਪੈਸੇ ਨਚਤ ਹੈ, ਦੇਖਿਆ ਦੇਖਿਆ ਸੁਣਿਆ ਬੋਲਦਾ ਦੌੜਿਆ ਫਿਰਦਾ ਹੈ, ਜਦ ਕੁਛ ਪਾਵੇ ਤਦ ਗਰਮ ਕਰਦਾ ਹੈ, ਮਾਇਆ ਗਈ ਤਦ ਲੋਕ ਰੋਣ ਲੱਗਦਾ ਹੈ, ਇਹ ਗਰਭ ਵੀ ਲੱਕੜਾ ਕਰਦਾ ਹੈ, ਹੰਕਾਰ ਵੀ ਬੜਾ ਕਰਦਾ ਹੈ, ਮਾਣ ਵੀ ਬੜਾ ਕਰਦਾ ਹੈ, ਚਾਰ ਪੈਸੇ ਆ ਜਾਣ ਤੇ ਧਰਤੀ ਤੇ ਪੈਰ ਵੀ ਨਹੀਂ ਲੱਗਦੇ, ਕਈ ਵਾਰ ਚਾਰ ਪੈਸੇ ਹੋਣ ਤੇ ਦਿਖਾਵਾ ਵੀ ਬੜਾ ਹੋ ਜਾਂਦਾ ਹੈ। ਇਹ ਖੇਡ ਤੇ ਸੰਸਾਰੀ ਸਾਡੇ ਕਿਸੇ ਕੰਮ ਨਹੀਂ ਆਉਂਦੇ,
ਕਿਸੇ ਕੰਮ ਨਹੀਂ ਆਉਂਦੀ। ਸਾਡੇ ਕੰਮ ਤੇ ਆਉਣਾ ਹੈ ਉਹ ਨਦਾਨ ਜੋ ਬੀਜਦੇ ਸਭ ਧਰਮ ਰਾਏ ਗਏ, ਜਿਹੜੇ ਕੰਮ ਚੰਗੇ ਕੀਤੇ ਨੇ ਨਾ ਮਨ ਕਰਕੇ, ਮਨ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ, ਉਹਦੇ ਪ੍ਰਥਾਏ ਸੇਵਾ ਕੀਤੀ ਹੈ, ਉਹ ਸਾਡੇ ਪੱਲੇ ਪੈਣਾ, ਉਹ ਸਾਡੇ ਕੋਲ ਰਹਿ ਜਾਣਾ ਹੈ। ਆਓ ਸਤਿਗੁਰ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਵਿੱਚ ਕੀ ਆਖਦੇ ਨੇ। ਬ੍ਰਹਮ ਗਿਆਨ